ये आ पेट्रोल पंप हैगा जिथे असी खड़े हैंगे। जबंदा पिंडी का किसान हैगा, एक गरीब किसान, ये को जमीन भी बड़ी घट है। 26 तरीक की शाम को बैंक के पैसे कढ़ाउण गया सीगा, उहदे मूहरे पहले ही 4 जिहड़े लुटेरे सी खड़े सी। वो इहनू कहिंदे बई तैनू कोई कहल होनी है, तू अपने पैसे पहला कढ़ा लै। जदों इहने अपना ATM वगैरह कढ़िया तां उहनू पता नहीं की संघाया, वह बेहोश हो गया। उत्थों उन्होंने उहदा नंबर वगैरह ले लिया ATM दा। आके उन्होंने पहलां तां बरनाले राम जी दास बनारसी दास पंप है, उत्थों उन्होंने 3 एंट्रियां मरवाइया 10,300 रुपये दियाँ, उत्थों वो पैसे ले गए। एवें जिवें इत्थे आके 20,300 दियाँ 2 एंट्रियां, इन्हां तों भी पैसे ले गए। पर साडी समझ मुताबक जिहड़ी इह घटना होई हैगी, इह मिली भुगत नाल होई हैगी, क्योंकि इह इनसानियत दे नाते भावें थोड़े बहुते पैसे दे सकदे आपां उह गल मन्नदे आंगे, पर जे कोई होर बंदा आम बंदा जांदा इन्हां तों पैसों की मंग करूगा तां इह कदे पैसे नहीं कढ के देणगे, क्योंकि बैंक तां है नहीं, इहदा सिर्फ तेल पाउण वास्ते पंप हैगा। सो सानू इह पूरा शक जहर हुंदा हैगा वी इहनां दी मिली भुगत हैगी, इहनां ने इक गरीब किसान दे नाल वड्डी ठगी मारी है। ਇਹ ਰੋਡ ਹੈ ਰਾਏਕੋਟ ਰੋਡ, ਸੰਘੇੜਾ ਕਾਲਜ ਦੇ ਨਜ਼ਦੀਕ ਹੈ ਜੀ। ਅੱਜ ਅਸੀਂ ਇੰਡੀਅਨ ਜਿਹੜਾ ਪੈਟਰੋਲ ਪੰਪ ਹੈ, ਇੰਡੀਅਨ ਆਇਲ ਸੰਘੇੜਾ ਜਿਹੜਾ ਕਾਲਜ ਦੇ ਨੇੜੇ ਹੈ, ਛਿਪਦੇ ਵਾਲੇ ਪਾਸੇ ਇਹ ਜਾਂਦੇ ਹੋ ਰਾਏਕੋਟ ਨੂੰ ਪੈਟਰੋਲ ਪੰਪ ਹੈ, ਉਹਦੇ ਉੱਤੇ ਸਾਡਾ ਮੋਰਚਾ ਲੱਗਿਆ ਹੋਇਆ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਦਾ, ਇੱਕ ਗਰੀਬ ਕਿਸਾਨ ਨੂੰ ਬਚਾਉਣ ਖਾਤਰ। ਅਸੀਂ ਇੱਦੂ ਪਹਿਲਾਂ ਪਿੱਛੇ ਬਰਨਾਲੇ ਦੇ ਵਿੱਚ ਆਹ 2 ਘੰਟੇ ਪਹਿਲਾਂ ਪੈਟਰੋਲ ਪੰਪ 'ਤੇ ਮੋਰਚਾ ਲਾ ਕੇ ਹਟਿਆ, ਉੱਥੇ ਵੀ ਕਿਸਾਨ ਦੇ ਨਾਲ ਜਿਹੜੇ ATM ਖੋਹ ਕੇ ਲਿਆਏ ਸੀ ਉਹ ਚੋਰ, ਉਹ ਮਿਲੀ ਭੁਗਤ ਦੇ ਨਾਲ 10,300 ਰੁਪਈਆ ਉੱਥੇ ਕੱਢਿਆ ਸੀ, ਕਢਾਇਆ ਉਹਨਾਂ ਨੇ 3 ਐਂਟਰੀਆਂ ਦੇ ਨਾਲ। ਉੱਥੇ ਅਸੀਂ ਮੋਰਚਾ ਲਾ ਕੇ 13,000 ਰੁਪਈਆ ਸਣੇ ਤੇਲ ਖਰਚਾ, ਜਿਹੜੀ ਸਾਡੀ ਹੈਰਾਨਗੀ ਕੀਤੀ ਉਹ ਪੈਟਰੋਲ ਪੰਪ ਵਾਲਿਆਂ ਨੇ, ਬਨਾਰਸੀ ਦਾਸ ਵਰਗਿਆਂ ਨੇ ਉਹ ਲੈਤਾ, ਉਹ ਪ੍ਰਸ਼ਾਸਨ ਨੇ ਸਾਨੂੰ ਦਵਾਇਆ। ਅਸੀਂ ਧੰਨਵਾਦ ਕਰਦੇ ਹਾਂ ਪੱਤਰਕਾਰ ਵੀਰਾਂ ਦਾ, ਪ੍ਰਸ਼ਾਸਨ ਦਾ, ਜਿਨ੍ਹਾਂ ਨੇ ਮਦਦ ਕੀਤੀ ਆ ਕਿਸਾਨ ਦੀ। ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ, ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਵੀ ਇਹ ਮਸਲਾ ਹੱਲ ਕਰੋ, ਉਹਨਾਂ ਨੇ ਕੀਤਾ, ਪੈਟਰੋਲ ਪੰਪ ਬੰਦ ਕਰਤਾ ਸੀ। ਦੂਜਾ ਮੋਰਚਾ ਸਾਡਾ ਹੁਣ ਉਹ ਸਮਾਪਤ ਕਰਕੇ ਅਸੀਂ ਸੰਘੇੜਾ ਕਾਲਜ ਦੇ ਨਜ਼ਦੀਕ ਜਿਹੜੇ ਪੈਟਰੋਲ ਪੰਪ 'ਤੇ ਖੜ੍ਹੇ ਹਾਂ, ਉੱਥੇ ਸਾਡਾ ਮੋਰਚਾ ਲੱਗ ਚੁੱਕਿਆ ਅਣਮਿੱਥੇ ਸਮੇਂ ਲਈ, ਜਿਹੜਾ 20,200 ਰੁਪਈਆ ਇੱਥੇ ਕੱਢਿਆ ਗਾ ਮਿਲੀ ਭੁਗਤ ਨਾਲ ਗਰੀਬ ਕਿਸਾਨ ਦੀ ਮਦਦ ਲਈ। ਅਸੀਂ ਤੁਹਾਡੇ ਮਾਧਿਅਮ ਰਾਹੀਂ ਇੱਥੋਂ ਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ, ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਆਹ ਦਿਨ ਦਿਹਾੜੇ ਕਿਵੇਂ ਵਪਾਰੀਆਂ ਨਾਲ, ਕਿਵੇਂ ਦੁਕਾਨਦਾਰਾਂ ਨਾਲ, ਕਿਵੇਂ ਕਿਸਾਨਾਂ ਮਜ਼ਦੂਰਾਂ ਨਾਲ ਕਿਵੇਂ ਲੁੱਟਾਂ ਖੋਹਾਂ ਹੋ ਰਹੀਆਂ ਨੇ। ਉਦੋਂ ਵੱਧ ਨਸ਼ਾ ਚਿੱਟਾ ਡਕੈਤੀਆਂ ਲੁੱਟਾਂ ਖੋਹਾਂ ATM ਰਾਹੀਂ ਪੈਸੇ ਕਢਾ ਕੇ ਮਿਲੀ ਭੁਗਤ ਨਾਲ ਕਿਵੇਂ ਠੱਗੀਆਂ ਹੋ ਰਹੀਆਂ ਨੇ, ਉਹਨੂੰ ਇਨਸਾਫ਼ ਦਿਵਾਉਣ ਲਈ ਅਸੀਂ ਤਤਪਰ ਰਹਾਂਗੇ। ਇਹ ਮੋਰਚਾ ਉਹਨਾਂ ਚੱਕਰ ਸਾਡਾ ਚੱਲੂਗਾ ਜਿੰਨਾ ਚੱਕਰ 20,200 ਰੁਪਈਆ ਇਹ ਅਸੀਂ ਲੈ ਕੇ ਹੱਲਾਂਗੇ, ਨਹੀਂ ਇਹ ਮੋਰਚਾ ਅਸੀਂ ਤੇਜ਼ ਕਰਾਂਗੇ, ਇਕੱਠ ਵਧਾਵਾਂਗੇ ਬਲਾਕ ਦਾ, ਪਿੰਡਾਂ ਦੀਆਂ ਕਮੇਟੀਆਂ ਨੂੰ ਸੁਨੇਹੇ ਲਾਵਾਂਗੇ। ਅਸੀਂ ਸੰਘੇੜੇ ਪੰਪ 'ਤੇ ਖੜ੍ਹੇ ਹਾਂ ਜੀ, ਕੋਈ ਰਾਤ ਪਰ 26 ਤਰੀਕ ਨੂੰ ਉਹਨਾਂ ਨੂੰ ਮਰੀਜ਼ ਦਾ ਕਹਿ ਕੇ ਸਰ ਵੀ ਮਰੀਜ਼ ਸਾਡਾ ਐਮਰਜੈਂਸੀ ਹੈ, 20,000 ਰੁਪਏ ਦੀ ਐਂਟਰੀ ਮਰਵਾ ਗਏ ਸੀ, ਅਤੇ ਕਿਸਾਨ ਦੁਨੀਆਂ ਨੇ ਧਰਨਾ ਲਾਇਆ ਸੀ ਜਾ ਕੇ, ਅਤੇ ਇਸ ਕਰਕੇ ਉਹਨਾਂ ਨੇ ਪੈਸੇ ਦਿੱਤੇ ਇਹਨਾਂ ਦਾ, ਨਿਬੜ ਗਿਆ। ਤੁਸੀਂ ਨਿਬੇੜਤਾ? ਹਾਂਜੀ, ਨਿਬੇੜਤਾ ਧਰਨਾ, ਮਤਲਬ ਕਿ ਹੁਣ ਇਹ ਚੱਕ ਲੈਣਗੇ ਜੀ, ਬੱਚਿਆਂ ਨੂੰ ਚੱਕ ਲੈਣਗੇ ਜਦੋਂ ਨਿਬੜ ਗਏ ਇਹਨਾਂ ਦੇ।